ਚਾਚੀ ਆ ਗਈ ਆ ਚਮਚਮ। ਆਏ ਹਾਏ ਅੰਤਰਿਓ, ਜਿਹੋ ਜਿਹਾ ਮੂੰਹ ਉਹ ਜੀ ਤੁਸੀਂ ਗੱਲ ਕਰਿਓ, ਤੁਸੀਂ ਸਾਰੀ ਜ਼ਿੰਦਗੀ ਚਮਚਮਾਂ ਚੋਂ ਨਾ ਬਾਹਰ ਨਿਕਲਿਓ। ਅੰਤਰਿਓ ਅੱਜ ਮੇਰੇ ਨਾਲ ਗੱਲਾਂ ਕਰੋ, ਤੁਸੀਂ ਸੋਨੇ ਹੀ ਰਿਆਂ ਦੀਆਂ। ਇੱਧਰ ਵੇਖ, ਚੈੱਕ ਕਰ ਚਾਚੀ। ਵਾਓ ਅਸਲੀ ਆ? ਹਾਏ ਹਾਏ, ਤੇ ਹੋਰ ਮੈਂ ਪੈਂਚਵੀਓ ਲਿਆਈ ਆ। ਅਸਲੀ ਆ ਕਿ ਰਾਤ ਮੇਰੀ ਸਾਲਗਿਰਾ ਨਹੀਂ ਸੀ, ਤੈਨੂੰ ਇਸੇ ਕਰਕੇ ਤਾਂ ਰਸਗੁੱਲੇ ਦੇ ਕੇ ਗਈ ਸਾਂ। ਰਾਤ ਮੇਰੀ ਸਾਲਗਿਰਾ ਸੀ ਤੇ ਚਾਚਾ ਤੇਰਾ ਘਰ ਨਹੀਂ ਆਇਆ ਹੈ, ਉੱਥੇ ਕੀ ਨਾ ਲੈਂਦੇ ਆ ਸ਼ਰਾਬ ਬੜੀ ਪੀ ਕੇ ਆਇਆ ਸੀ, ਸ਼ਰਾਬ ਪੀ ਕੇ ਆਇਆ ਤੇ ਮੈਂ ਤੇ ਤਿਆਰ ਸ਼ਿਆਰ ਹੋ ਕੇ ਬੈਠੀ। ਮੈਂ ਕਿਹਾ ਚੱਲ ਇਹਨੂੰ ਅੰਬੇ ਨੂੰ ਚੇਤਾ ਕਰਾਉਂਦੀ ਆ, ਖੱਤੇ ਅੱਜ ਸਾਡੀ ਸਾਲਗਿਰਾ ਹੈ ਤੇ ਸ਼ਰਾਬ ਪੀ ਕੇ ਆਇਆ ਤੇ ਮੈਨੂੰ ਆ ਕੇ ਕਹਿੰਦਾ ਰੋਟੀ ਲਿਆ। ਮੈਂ ਕਿਹਾ ਅੱਜ ਕੀ ਆ ਭਲਾ, ਤੇ ਬੂਆ ਨੀ ਇੱਕ ਚੁੱਪ ਕਰ ਗਿਆ। ਮੈਨੂੰ ਕਹਿੰਦਾ ਕੀ ਆ, ਤੇ ਮੈਂ ਕਿਹਾ ਅੱਜ ਸਾਡੀ ਸਾਲਗਿਰਾ। ਖਰੇ ਕਾਹਦੀ ਮਸਤੀ ਚੜੀ, ਬਾਹਰੋਂ ਮਸਤਿਆ ਆਇਆ ਕਿਤੇ ਮਸਤੀ ਚੜੀ ਪੂਰੀ ਇਹਨੂੰ, ਤੇ ਆਂਦਾ ਤੂੰ ਅੱਜ ਬੜੀ ਸੋਹਣੀ ਲੱਗਣ ਡਈ ਤੇ ਕੀ ਲੈਣਾ। ਤੇ ਮੈਂ ਕਿਹਾ ਲੈਣਾ ਕੀ ਆ, ਕੋਈ ਟੂਂਬ ਲਿਆ ਦੇ, ਕਿਤੇ ਸਦੀਆਂ ਹੋ ਗਈਆਂ ਕਿਤੇ ਟੂਂਬ ਨੀ ਕੋਈ ਖਰੀਦ ਕੇ ਦਿੱਤੀ। ਤੇ ਮੈਨੂੰ ਆਂਦਾ ਚੱਲ ਫਿਰ ਉਹ ਜਿਹੜਾ ਅੰਮ੍ਰਿਤਸਰ ਮਾਲ ਰੋਡ ਤੇ ਜਿਹੜੇ ਵੱਡੇ ਵੱਡੇ ਸੁਨਿਆਰੇ ਆ ਹੈ ਉਹਨਾਂ ਕੋਲ ਲੈ ਗਿਆ ਮੈਨੂੰ। ਮੈਨੂੰ ਆਂਦਾ ਜਿਹੜੀ ਸ਼ੈ ਤੇ ਹੱਥ ਰੱਖਣਾ ਉਹ ਸ਼ੈ ਲੈ ਦੂੰਗਾ, ਮੈਂ ਰੱਖ ਲਿਆ ਦੇ ਹੱਥ ਹੈ। ਮੈਂ ਕਿਹਾ ਤੂੰ ਮੈਨੂੰ ਹੈ ਹੋਈ ਰਾਣੀ ਹਾਰ ਲਿਆ ਦੇ, 3 ਤੋਲਿਆਂ ਦਾ ਬਣਿਆ ਵਾ ਹੈ ਤੇ 1.5 ਲੱਖ ਰੁਪਏ ਦਾ ਰਾਣੀ ਹਾਰ ਬਣਿਆ, ਤੇ ਕਿਤੇ ਮੈਂ ਹੁਣ ਬੈਂਕ ਚ ਕਰਾਉਣ ਚੱਲੀ। ਮੈਂ ਕਿਤੇ ਸਵੇਰੇ ਲੱਥੇ ਸ਼ਰਾਬ ਤੇ ਕਿਤੇ ਹੁਣ ਖੋ ਖਾਈ ਨਾ ਲਵੇ, ਮੈਂ ਅਮਨੀ ਬੈਂਕ ਨੂੰ ਕਰਾ ਕੇ ਗੱਲ ਤਾਂ ਕਰੀ ਕਹਿਣਾ ਮੈਨੂੰ ਤੇ ਖਾਸ ਕਰਕੇ ਨਾ ਕਰੀ।